ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮਿੱਤਰੋ ਪਿਆਰਿਓ, ਗੁਰਮੁਖ ਪਿਆਰਿਓ, ਤੁਹਾਨੂੰ ਸਾਰਿਆਂ ਨੂੰ ਪਤਾ ਗਾ ਕਿ ਆਪਾਂ ਪੰਜੇ ਤਖਤਾਂ ਦੀ ਯਾਤਰਾ ਤੇ ਸ਼ੁਰੂ ਕੀਤੀ ਅੱਜ ਗੁਰਦੁਆਰਾ ਨਾਨਕੀਆਣਾ ਸੰਗਰੂਰ ਤੋਂ। ਸੋ ਆਓ ਦਰਸ਼ਨ ਦੀਦਾਰ ਕਰੀਏ। ਸਭ ਤੋਂ ਪਹਿਲਾਂ ਆਪਾਂ ਨਤਮਸਤਕ ਹੋਇਆਂ ਗੁਰੂ ਦੇ ਚਰਨਾਂ ਦੇ ਵਿੱਚ, ਅਤੇ ਸਾਡੇ ਨਜ਼ਦੀਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਪਾਤਸ਼ਾਹੀ ਪਹਿਲੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਅਤੇ ਕਰੋ ਜੀ ਦਰਸ਼ਨ ਦੀਦਾਰ। ਅਤੇ ਇਹ ਜਗ੍ਹਾ ਦੇ ਉੱਤੇ ਗੁਰੂ ਨਾਨਕ ਮਹਾਰਾਜ ਭਾਈ ਮਰਦਾਨਾ ਜੀ ਦੇ ਨਾਲ ਆਏ ਸੀਗੇ, ਅਤੇ ਇੱਥੇ ਕਲਯੁੱਗ ਦੇ ਨਾਲ ਬਚਨ ਬਿਲਾਸ ਵੀ ਹੋਏ ਸੀਗੇ, ਅਤੇ ਨਾਲ ਹੀ ਇੱਥੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਪਾਤਸ਼ਾਹੀ ਛੇਵੀਂ ਗੁਰਦੁਆਰਾ ਨਨਕਾਣਾ ਸਾਹਿਬ, ਨਾਨਕੀਆਣਾ ਸਾਹਿਬ, ਅਤੇ ਤੁਸੀਂ ਦਰਸ਼ਨ ਦੀਦਾਰ ਕਰਦੇ ਪਿਓ ਜੀ। ਸੋ ਇੱਥੇ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਵੀ ਪਿੰਡ ਅਕੋਈ ਸਾਹਿਬ ਤੋਂ 1616 ਈਸਵੀ ਦੇ ਵਿੱਚ ਸੋ ਇੱਥੇ ਆਏ ਸੀਗੇ, ਅਤੇ ਆਜੋ ਤੁਹਾਨੂੰ ਦਰਸ਼ਨ ਕਰਾਉਣੇ ਆ ਜਿਹੜੀ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਨੇ ਉਸ ਵਕਤ ਘੋੜਾ ਬੰਨਿਆ ਸੀਗਾ। ਸੋ ਆਜੋ ਕਰੋ ਜੀ ਦਰਸ਼ਨ ਦੀਦਾਰ, ਅਤੇ ਨਾਲ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਜਾਇਓ, ਲਾਈਕ ਕਰਦੇ ਜਾਇਓ, ਕਮੈਂਟ ਕਰਦੇ ਜਾਇਓ, ਅਤੇ ਦਰਸ਼ਨ ਦੀਦਾਰ ਕਰਦੇ ਜਾਇਓ, ਅਤੇ ਹੋਰ ਸੰਗਤਾਂ ਨੂੰ ਵੀ ਜ਼ਰੂਰ ਕਰਾਇਓ। ਅਤੇ ਤੁਹਾਡੇ ਸਹਿਯੋਗ, ਤੁਹਾਡੇ ਪਿਆਰ ਦੀ ਤੁਹਾਡੀ ਲੋੜ ਆ ਮਿੱਤਰੋ, ਜ਼ਰੂਰ ਦਰਸ਼ਨ ਅੱਗੇ ਦੀ ਅੱਗੇ ਸ਼ੇਅਰ ਕਰਦੇ ਜਾਇਓ। ਇਹ ਉਹੀ ਕਰੀਰ ਸਾਹਿਬ ਦਾ ਦਰਖਤ ਆ, ਸੋ ਜਿੱਥੇ ਨਾਲ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀਗਾ। ਆਜੋ ਜੀ ਕਰੋ ਦਰਸ਼ਨ ਦੀਦਾਰ ਤੁਸੀਂ ਸਾਰੇ ਜਾਣੇ। ਅਤੇ ਇੱਧਰ ਇਤਿਹਾਸ ਲਿਖਿਆ ਹੋਇਆ, ਤੁਸੀਂ ਸਾਡਾ ਸਕਰੀਨਸ਼ੋਟ ਲੈ ਕੇ ਪੜ੍ਹ ਸਕਦੇ ਹੋ ਜੀ, ਹੈ ਨਾ। ਅਤੇ ਵੀਡੀਓ ਨੂੰ ਸ਼ੇਅਰ ਕਰਦੇ ਜਾਇਓ, ਵੱਧ ਤੋਂ ਵੱਧ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ ਜੀ। ਬਹੁਤ ਪਵਿੱਤਰ ਅਤੇ ਬਹੁਤ ਰਮਨੀਕ ਜਗ੍ਹਾ ਗੀ, ਅਤੇ ਇੱਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਭਾਈ ਮਰਦਾਨਾ ਜੀ ਉਸ ਵਕਤ ਉਹਨਾਂ ਦੇ ਨਾਲ ਸੀਗੇ, ਅਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਆਏ ਸੀਗੇ, ਅਤੇ ਕਲਯੁੱਗ ਦੇ ਨਾਲ ਇੱਥੇ ਵਾਰਤਾ ਹੋਈ ਸੀ ਗੁਰੂ ਸਾਹਿਬ ਦੀ। ਅਤੇ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ, ਸੋ ਉਹ ਵੀ ਇੱਥੇ ਆਏ ਸੀਗੇ ਸੰਗਤਾਂ ਨੂੰ ਉਤਾਰਨ ਵਾਸਤੇ। ਮਾਲਵੇ ਇਲਾਕੇ ਦੀਆਂ ਸੰਗਤਾਂ ਨੂੰ ਉਤਾਰਨ ਵਾਸਤੇ ਗੁਰੂ ਸਾਹਿਬ ਇੱਥੇ ਆਪ ਪਧਾਰੇ ਸੀਗੇ। ਸੋ ਵੱਧ ਤੋਂ ਵੱਧ ਪਿਆਰ ਸਤਿਕਾਰ ਦਿਓ। ਪੰਜੇ ਤਖਤਾਂ ਦੀ ਯਾਤਰਾ ਆਪਾਂ ਨੇ ਸ਼ੁਰੂ ਕੀਤੀ ਹੋਈ ਹੈਗੀ, ਅੱਜ ਪਹਿਲਾ ਦਿਨ ਆ, ਫਸਟ ਦਿਨ ਆਪਣਾ, ਅਤੇ ਗੁਰਦੁਆਰਾ ਨਾਨਕੀਆਣਾ ਸਾਹਿਬ ਸੰਗਰੂਰ ਤੋਂ ਸੋ ਆਪਾਂ ਨੇ ਸ਼ੁਰੂਆਤ ਕੀਤੀ ਹੈ ਜੀ। ਸੋ ਵੱਧ ਤੋਂ ਵੱਧ ਪਿਆਰ ਦਿਓ, ਸਤਿਕਾਰ ਦਿਓ, ਅਤੇ ਸਹਿਯੋਗ ਦਿਓ ਜੀ, ਹੈ ਨਾ। ਅਤੇ ਗੁਰੂ ਮਹਾਰਾਜ ਤੁਹਾਡੀ ਹਰ ਇੱਛਾ ਪੂਰੀ ਕਰੇ। ਅਤੇ ਇਸ ਜਗ੍ਹਾ ਦੇ ਉੱਤੇ ਦੁੱਧ ਪੁੱਤ ਦੀ ਦਾਤ ਮਿਲਦੀ ਹੈ ਜੀ, ਅਤੇ ਜੋ ਵੀ ਇੱਥੇ ਚੱਲ ਕੇ ਆਉਂਦਾ ਉਹਦੀ ਹਰ ਤਮੰਨਾ, ਹਰ ਇੱਛਾ ਪੂਰੀ ਹੁੰਦੀ ਹੈ ਜੀ। ਵੀਡੀਓ ਨੂੰ ਸ਼ੇਅਰ ਕਰ ਦਿਓ, ਲਾਈਕ ਕਰਕੇ, ਕਮੈਂਟ ਕਰਕੇ ਜ਼ਰੂਰ ਦੱਸੋ ਜੀ। ਮਿਹਰਬਾਨੀ, ਸਤਿ ਸ਼੍ਰੀ ਅਕਾਲ।